ਦੋਸਤੋ ਮੈਂ ਅਮਰਜੋਤ ਸਿੰਘ ਬੋਲ ਰਿਹਾ ਇਸ ਵਕਤ ਮੈਂ ਇੰਡੀਆ ਆਏ ਹੋਇਆ ਤੇ ਸਾਡਾ ਕੰਮ ਐਪਲੀਕੇਸ਼ਨ ਲਾਉਣਾ ਤੇ ਹੁੰਦਾ ਹੀ ਹੈ ਪਰ ਸਪਾਊਸ ਵੀਜ਼ਾ ਇੰਟਰਵਿਊ ਫੈਮਿਲੀ ਸਪੌਂਸਰਸ਼ਿਪ ਤੇ ਸਪਾਊਸ ਜਿਹੜੇ ਸਟੂਡੈਂਟ ਦੇ ਬਾਅਦ ਵਰਕ ਪਰਮਿਟ ਅਪਲਾਈ ਕਰਦੇ ਆ ਉਹਨਾਂ ਦੀ ਤਿਆਰੀ ਵੀ ਅਸੀਂ ਕਰਾਉਂਦੇ ਹਾਂ ਆਓ ਇਹ ਗੱਲ ਕਰਦੇ ਹਾਂ ਦੀਪਕ ਨਾਲ ਦੀਪਕ ਦੀ ਇੰਟਰਵਿਊ ਹੋਈ ਸੀ ਕੁਛ ਅਰਸਾ ਮੇ ਬੀ ਅਬਾਊਟ 3 weeks or 4 weeks ਅਗੋ ਮੇ ਬੀ ਮਹੀਨੇ ਦੇ ਦੌਰਾਨ ਹੋਈ ਸੀ ਆਓ ਪਤਾ ਕਰਦੇ ਹਾਂ ਕਿ ਉਹਨਾਂ ਦਾ ਇੰਟਰਵਿਊ ਵਿੱਚ ਕੀ ਹੋਇਆ ਉਹਨਾਂ ਦੇ ਵਾਈਫ ਨੇ ਸਾਨੂੰ ਡਿਟੇਨ ਕੀਤਾ ਸੀ ਟ੍ਰੇਨਿੰਗ ਲਈ ਅਤੇ ਪਤਾ ਕਰਦੇ ਹਾਂ ਕਿ ਵੀ ਕਿਸ ਤਰ੍ਹਾਂ ਇੰਡੀਆ ਮੈਂ ਆਇਆ ਹਾਂ ਕੁੱਤੇ ਦੀਆਂ ਆਵਾਜ਼ ਆ ਰਹੀ ਹੈ ਕੁੜਕੁੜ ਪਤਾ ਲੱਗਦਾ ਇੰਡੀਆ ਬੈਠੇ ਮੈਂ ਸੋ ਦੀਪਕ ਕੈਨ ਯੂ ਹੀਅਰ ਮੀ ਆਵਾਜ਼ ਆ ਰਹੀ ਮੇਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਪਹਿਲਾਂ ਇਹ ਦੱਸੋ ਕਿ ਤੁਹਾਡਾ ਕੇਸ ਹੈ ਕਿ ਥੋੜ੍ਹਾ ਬਹੁਤ ਜਿੰਨਾ ਤੁਸੀਂ ਦੱਸ ਸਕਦੇ ਹੋ ਦੱਸ ਦਿਓ ਬਾਕੀ ਆਪਣੀ ਪ੍ਰਾਈਵੇਸੀ ਕੌਨਫੀਡੈਂਸ਼ੀਐਲਿਟੀ ਮੇਨਟੇਨ ਕਰਨੀ ਹੈ ਜਿੰਨੀ ਲੋੜ ਹੈ ਉਨੀ ਦੱਸਣਾ ਉਸ ਤੋਂ ਜ਼ਿਆਦਾ ਦੱਸਣ ਦੀ ਲੋੜ ਨਹੀਂ ਕਿਵੇਂ ਤੁਸੀਂ ਕਿਸ ਤਰ੍ਹਾਂ ਦਾ ਕੇਸ ਹੈ ਤੁਹਾਡਾ ਕਿਹੜੇ ਕੇਸ ਬੇਸ ਤੇ ਤੁਸੀਂ ਵੀਜ਼ਾ ਐਪਲੀਕੇਸ਼ਨ ਲਾਈ ਸੀ ਫੈਮਿਲੀ ਸਪਾਊਸ ਵੀਜ਼ਾ ਡੈਟ ਮੀਨਸ ਤੁਹਾਡੇ ਵਾਈਫ ਨੇ ਪੀਆਰ ਲਈ ਸਪੌਂਸਰ ਕੀਤਾ ਤੁਹਾਨੂੰ ਜੀ ਤੁਸੀਂ ਮਤਲਬ ਕਾਫੀ ਚਿਰ ਤੋਂ ਪਹਿਲਾਂ ਮਿਲੇ ਹੋਏ ਹੋ ਇੱਕ ਦੂਜੇ ਨਾਲ ਜਾਂ ਮਤਲਬ ਕਿ ਰੀਸੈਂਟਲੀ ਤੁਹਾਡੀ ਮੈਰਿਜ ਸੀ ਜਾਂ ਕਾਫੀ ਲੰਬਾ ਤੁਹਾਡਾ ਰਿਲੇਸ਼ਨਸ਼ਿਪ ਸੀਗਾ ਨਹੀਂ ਸਰ ਮੇਰ ਅਬਾਊਟ 14 ਸਾਲ ਹੋ ਗਏ ਸਾਨੂੰ ਇਕੱਠਿਆਂ ਨੂੰ ਰਹਿੰਦੇ ਨੂੰ 14 ਸਾਲ ਹੋ ਯਾ 14 ਸਾਲ ਪੁਰਾਣਾ ਸਾਡਾ ਰਿਲੇਸ਼ਨ ਹੈ 10 ਸਾਲ ਹੋ ਗਏ ਸਾਡੇ ਵਿਆਹ ਨੂੰ ਜੀ 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 ਸੋ ਇਸ ਤਰ੍ਹਾਂ ਦੀ ਕੀ ਕਿਵੇਂ ਮਤਲਬ ਕਿ ਲੋਡ ਪੈ ਗਈ ਉਹਨਾਂ ਨੂੰ ਇੰਟਰਵਿਊ ਬੁਲਾਉਣ ਦੀ ਇੰਟਰਵਿਊ ਮਤਲਬ ਕਿ ਇਹ ਤੁਹਾਡਾ ਪਹਿਲਾ ਇੰਟਰਵਿਊ ਸੀ ਪਹਿਲੀ ਵਾਰ ਇਸ ਤੋਂ ਪਹਿਲਾਂ ਰਿਫਿਊਜ਼ ਹੋ ਚੁੱਕੇ ਸੀ ਤੇ ਤੁਸੀਂ ਕੈਨੇਡਾ ਵੀਜ਼ਾ ਲਈ ਨਹੀਂ ਸਰ 8 ਸਾਲ ਬਾਅਦ ਸਰ ਇੰਟਰਵਿਊ ਹੀ ਕੀਤੀ ਆਈ ਹੈ ਓਹ ਅੱਛਾ 8 ਸਾਲ ਬਾਅਦ ਇੰਟਰਵਿਊ ਆਈ ਹੈ ਤੇ ਆਪਣਾ ਤੇ ਨਾਲ ਹੋਰ ਕੋਈ ਖਾਸ ਚੀਜ਼ ਹੈ ਕਿ ਬਈ ਤੁਹਾਡੀ ਮੀਟਿੰਗ ਮੇਰੇ ਖਿਆਲ ਇੰਡੀਆ ਹੋਈ ਹੈ ਇੰਡੀਆ ਤੋਂ ਬਾਅਦ ਹੋਈ ਹੈ ਫਿਰ ਤੁਸੀਂ ਕੁਛ ਟਾਈਮ ਰਹੇ ਹੋ ਜਾਂ ਉਹਦੇ ਬਾਅਦ ਕਿਸ ਤਰ੍ਹਾਂ ਮੈਨੂੰ ਤਾਂ ਸਾਰੀ ਇਨਫੋਰਮੇਸ਼ਨ ਤੁਹਾਡੀ ਪਤਾ ਹੈ ਤੁਸੀਂ ਆਪਣੇ ਵੱਲੋਂ ਜੋ ਵੀ ਦੱਸਣਾ ਦੱਸ ਸਕਦੇ ਹੋ ਅੱਛਾ ਬੇਬੀ ਜੋ ਕੈਨੇਡੀਅਨ ਸਿਟੀਜ਼ਨ ਹੈ ਉਹ ਕੈਨੇਡਾ ਨਹੀਂ ਤੁਹਾਡੇ ਕੋਲ ਰਹਿ ਰਿਹਾ ਸੀ ਐਟ ਦੀ ਮੀਨ ਟਾਈਮ ਤੁਹਾਡੀ ਵਾਈਫ ਉੱਥੇ ਕੰਮ ਕਰਦੇ ਸੀ ਇਨ ਕੈਨੇਡਾ ਜੀ ਜੀ ਹੋਰ ਵੀ ਕੁਛ ਕੰਪਲੀਕੇਸ਼ਨ ਹੋਈ ਹੈ ਵੀਜ਼ਾ ਐਪਲੀਕੇਸ਼ਨ ਦੇ ਦੌਰਾਨ ਕਿਸੇ ਨੇ ਕੋਈ ਚਿੱਠੀ ਲਿਖੀ ਹੈ ਕਿਸੇ ਨੇ ਕੁਛ ਹੋਰ ਕੋਈ ਰਿਪੋਰਟਿੰਗ ਕੀਤੀ ਹੈ ਕੁਛ ਹੈ ਇਮੀਗ੍ਰੇਸ਼ਨ ਦੇ ਮੇਰੇ ਡਾਕੂਮੈਂਟ ਹੋ ਗਏ ਸੀ ਮੇਰੀ ਵਾਈਫ ਦੇ
ਲੈਟਰ ਸੈਂਡ ਕਰਦਾ ਸੀਗਾ ਕਿ ਮੈਂ ਆਪਣੇ ਹਸਬੈਂਡ ਨੂੰ ਨਹੀਂ ਬੁਲਾਉਣਾ ਚਾਹੁੰਦੀ, ਤੁਸੀਂ ਜਿਹੜੀ ਮੇਰੀ ਫਾਈਲ ਉਹ ਪ੍ਰੋਟੈਕਟਿਵ 'ਚ ਰੱਖੋ। ਅੱਛਾ ਅੱਛਾ ਅੱਛਾ। ਅਤੇ ਉਸ ਤੋਂ ਬਾਅਦ ਫਿਰ ਕੁਝ ਸਾਰਾ ਹੀ ਮੈਨੂੰ ਪਤਾ ਪਤਾ ਹੋ ਗਿਆ ਹੈ। ਅਤੇ ਫਿਰ 2017 'ਚ ਆਪਾਂ ਲੋਇਰ ਹਾਇਰ ਕੀਤਾ, ਸਾਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਉੱਧਰ ਲੋਇਰ ਹਾਇਰ ਕਰੋ ਕੈਨੇਡਾ 'ਚ ਜੀ। ਦੈਨ ਫਿਰ ਮਤਲਬ ਲੋਇਰ ਨੇ ਸਾਨੂੰ ਜਿਸ ਤਰ੍ਹਾਂ ਜੋ ਜੋ ਐਕਸਪਲੇਨ ਕੀਤਾ, ਜੋ ਜੋ ਕਰਨ ਨੂੰ ਕਿਹਾ ਆਪਾਂ ਉਹ ਸਾਰਾ ਕੀਤਾ। ਇੰਟਰਵਿਊ ਹੋਇਆ, ਇੰਟਰਵਿਊ ਆਫਿਸਰ ਨੇ ਕਿਹੜੇ ਕਿਹੜੇ ਇਸ਼ੂ ਤੇ ਫੋਕਸ ਜ਼ਿਆਦਾ ਕੀਤਾ, ਜਿਹੜੀ ਪੁਰਾਣੀ ਫਾਈਲ ਵਿੱਚ ਜਿਹੜੀ ਗੜਬੜ ਹੋ ਗਈ ਜਾਂ ਫਿਊਚਰ ਦੀ ਰਿਲੇਸ਼ਨਸ਼ਿਪ ਦੇ ਬਾਰੇ ਜਾਂ ਬੇਬੀ ਦੇ ਬਾਰੇ ਕਿਹੜੇ ਕਿਹੜੇ ਜਿਹੜੇ ਕੌਜ਼ ਤੇ ਉਹਨਾਂ ਨੇ ਜ਼ਿਆਦਾ ਫੋਕਸ ਰੱਖਿਆ ਆਪਣਾ? ਹਾਂਜੀ ਸਰ, ਫਸਟ ਇਹ ਬੜਾ ਵਧੀਆ ਰਿਹਾ ਲਾਈਕ ਜਦੋਂ ਇੰਟਰਵਿਊ ਸੀਗੀ, ਕਿਉਂਕਿ ਜਦੋਂ ਇੰਟਰਵਿਊ ਦਾ ਕਰਾਇਆ ਗਿਆ ਤਾਂ ਉਹਨਾਂ ਲਿਖਿਆ ਦਾ ਸੀਗਾ ਕਿ ਜਿਹੜਾ ਸਪੋਂਸਰ ਆ ਉਹ ਇੰਡੀਆ 'ਚ ਹੋਏ ਤਾਂ ਤੈਨੂੰ ਉਹਦੇ ਨਾਲ ਆਉਣਾ, ਅਦਰਵਾਈਜ਼ ਜੇ ਇੰਡੀਆ 'ਚ ਨਹੀਂ ਹੈ ਤਾਂ ਤੈਨੂੰ ਉਸ ਟਾਈਮ ਉਹਨਾਂ ਨੂੰ ਸਕਾਈਪ 'ਤੇ ਰਹਿਣਾ ਪਏਗਾ ਜੀ। ਮੈਂ ਕਿਹਾ ਹਾਂ,
ਅੰਦਰ ਯਕੀਨ ਮੰਨਣਾ ਆਫਟਰ 5 ਮਿੰਟ ਫਿਰ ਉਹਨਾਂ ਨੇ ਉਹੀ ਕੁਐਸਚਨ ਪੁੱਟ ਕੀਤਾ ਕਿ ਤੇਰੇ ਜਿਹੜੇ ਵਾਈਫ ਆ ਉਹ ਤੈਨੂੰ ਸਿੰਗਾਪੁਰ ਦੇ ਵਿੱਚ ਮਿਲੇਗੀ ਆ ਕੇ ਇੰਡੀਆ ਨਹੀਂ ਆਏ ਤੁਹਾਨੂੰ ਕਨਫਿਊਜ਼ ਕਰਨ ਲਈ ਦੁਬਾਰਾ ਕਾਊਂਟਰ ਚੈੱਕ ਜੀ 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 ਲੋਇਰ ਸਾਹਿਬ ਨੇ ਕਿਹਾ ਸੀ ਕਿ ਪੀ ਆਰ ਦੀ ਫਾਈਲ ਵਿੱਚ ਹਸਬੈਂਡ ਦਾ ਨਾਮ ਆ ਜਾਏਗਾ ਈਵਨ ਦੋ ਕਿ ਲੈਟਰ ਪਹਿਲਾਂ ਵਾਈਫ ਲਿਖ ਚੁੱਕੀ ਸੀ ਉਹ ਉਹਨਾਂ ਦਾ ਬੇਸਿਸ ਕੀ ਸੀ ਮੈਨੂੰ ਹਾਲੇ ਤੇ ਸਮਝ ਨਹੀਂ ਆਇਆ ਕਿ ਔਨ ਵਟ ਬੇਸਿਸ ਵਾਜ਼ ਹੀ ਸ਼ੋਰ ਔਨ ਇੰਟਰਵਿਊ ਦੇ ਦੌਰਾਨ ਫਿਰ ਹੋਰ ਕਿਸ ਤਰ੍ਹਾਂ ਲੱਗਿਆ ਕਿ ਵੀ ਵੀਜ਼ਾ ਆਫਿਸਰ ਸੈਟੀਸਫਾਈਡ ਹੈ ਉਹਨਾਂ ਨੇ ਕੋਈ ਫਾਈਨਲ ਤੁਹਾਨੂੰ ਮੈਸੇਜ ਦਿੱਤਾ ਕਿ ਵੀ ਆਰ ਗੁੱਡ ਸੈਟੀਸਫਾਈਡ ਯਾ ਹਾਂਜੀ ਸਰ ਮੈਂ ਮਤਲਬ ਫਸਟ ਆਫ ਆਲ ਤੇ ਵੀਜ਼ਾ ਆਫਿਸਰ ਸੀਗੇ ਜਿਹੜੇ ਮਤਲਬ ਪਹਿਲੀ ਗੱਲ ਤੇ ਆਪਾਂ ਤਿਆਰੀ ਕਰਨੀ ਸੀ ਮੈਂ ਤੁਹਾਨੂੰ ਤੇ ਸੁਖਮਨ ਭਾਜੀ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਫੁੱਲ ਮਤਲਬ ਤਿਆਰੀ ਕਰਾਈ ਫੁੱਲ ਸਪੋਰਟ ਕੀਤੀ ਕਈ ਕੁਐਸਚਨ ਸਾਡੇ ਮਾਈਂਡ ਚ ਇਹੋ ਜਿਹੇ ਸੀਗੇ ਜਿਨ੍ਹਾਂ ਨੂੰ ਲੈ ਕੇ ਅਸੀਂ ਕਨਫਿਊਜ਼ ਸੀਗੇ ਵੀ ਜਿਨ੍ਹਾਂ ਦੇ ਸਾਨੂੰ ਆਨਸਰ ਨਹੀਂ ਸੀ ਪਤਾ ਹਨਾ ਉਹ ਮਤਲਬ ਸੁਖਮਨ ਭਾਜੀ ਨੇ ਸਾਨੂੰ ਬੜੇ ਵਧੀਆ ਤਰੀਕੇ ਹੈਂਡਲ ਕੀਤਾ ਬੜੇ ਵਧੀਆ ਤਰੀਕੇ ਸਾਨੂੰ ਦੱਸਿਆ ਕਿ ਤੁਹਾਨੂੰ ਇੱਥੇ ਇਹ ਬੋਲਣਾ ਚਾਹੀਦਾ ਜਾਂ ਤੁਹਾਨੂੰ ਇੱਥੇ ਇਹ ਚੀਜ਼ ਉੱਥੇ ਬੋਲਣੀ ਚਾਹੀਦੀ ਹੈ ਇਹ ਚੀਜ਼ ਨਹੀਂ ਕਰਨੀ ਚਾਹੀਦੀ ਬੋਲਣੀ ਚਾਹੀਦੀ ਸੈਕਿੰਡਲੀ ਇਹ ਜਦੋਂ ਆਪਾਂ ਮਤਲਬ ਈਵਨ ਡੈਟ ਮੈਨੂੰ ਭਾਜੀ ਉਹਨਾਂ ਨੇ ਇਹ ਦੱਸਦਾ ਸੀਗਾ ਕਿ ਲਾਈਕ ਜੇ ਤੇ ਉੱਥੇ ਆਫਿਸਰ ਮਤਲਬ ਇੰਡੀਅਨ ਹੋਏਗਾ ਵੀਜ਼ਾ ਆਫਿਸਰ ਹਨਾ ਦੈਨ ਫਿਰ ਜ਼ਿਆਦਾ ਇਸ਼ੂ ਹੋ ਸਕਦੇ ਆ ਬਟ ਜਿਵੇਂ ਕੈਨੇਡੀਅਨ ਵੀਜ਼ਾ ਆਫਿਸਰ ਹੋਣਗੇ ਤੇ ਉਹਨਾਂ ਦੀ ਥੋੜੀ ਸੋਚ ਜਿਹੜੀ ਹੈ ਡਿਫਰੈਂਟ ਆ ਲਾਈਕ ਉਹ ਤੁਹਾਨੂੰ ਸਮਝਣਗੇ ਤੇ ਸਰ ਯਕੀਨ ਮੰਨਣਾ ਅਸੀਂ ਆਪਣੇ ਵੱਲੋਂ ਆਪਣੇ 15 ਸਾਲ ਦੇ ਡਾਕੂਮੈਂਟਸ ਕਾਲ ਰਿਕਾਰਡਸ ਜਿਹੜੀ ਸਾਡੀ ਵਟਸਐਪ ਤੇ ਚੈਟਿੰਗ ਹੁੰਦੀ ਸੀ ਜਾਂ ਮਤਲਬ ਜੋ ਕੁਛ ਵੀ ਅਸੀਂ ਆਪਣੇ ਵੱਲੋਂ ਆਪਣੇ ਬੀ ਬੈਸਟ ਕਰਕੇ ਲੈ ਕੇ ਗਏ ਸੀ ਤੇ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਜਦੋਂ ਆਪਾਂ ਉੱਥੇ ਗਏ ਹਾਂ ਜਿਹੜੇ ਵੀਜ਼ਾ ਆਫਿਸਰ ਸੀ ਮੈਂ ਉਹਨਾਂ ਅੱਗੇ ਟੈਂਕੀ ਖੋਲ ਕੇ ਜ਼ਰੂਰ ਰੱਖਤਾ ਬਟ ਉਹਨੇ ਸਰ 120 ਡਾਕੂਮੈਂਟ ਜਿਹੜਾ ਮੇਰੇ ਕੋਲੋਂ ਨਹੀਂ ਮੰਗਿਆ ਸਿਵਾਏ ਮੇਰੇ ਪਾਸਪੋਰਟ ਦੇ ਮੇਰਾ ਪਾਸਪੋਰਟ ਲਿਆ ਮੈਨੂੰ ਕਿਹਾ ਮਾਸਕ ਨੀਚੇ ਕਰ ਲਓ ਮੈਂ ਮਾਸਕ ਨੀਚੇ ਕੀਤਾ ਦੈਨ ਮੈਂ ਉਹਨਾਂ ਨੂੰ ਕਿਹਾ ਕਿ ਜੇ ਮਤਲਬ ਤੁਹਾਨੂੰ ਜੇ ਤੁਸੀਂ ਕਹਿੰਦੇ ਹੋ ਮੈਂ ਮਾਸਕ ਨੀਚੇ ਰੱਖਣਾ ਅਦਰਵਾਈਜ਼ ਵੀ ਥੋੜੀ ਬਹੁਤੀ ਵੀ ਡਿਫੀਕਲਟੀ ਹੈਗੀ ਆ ਦੈਨ ਫਿਰ ਮੈਂ ਤੁਹਾਨੂੰ ਹੋਰ ਕੋਈ ਡੇਟ ਦੇ ਦਿੰਦੀ ਹਾਂ ਜਿਹੜੀ ਲੈਂਗੁਏਜ ਵੀ ਕਹੋਗੇ ਤੁਹਾਡੀ ਉਸ ਲੈਂਗੁਏਜ ਇੰਟਰਵਿਊ ਹੋ ਜਾਏਗੀ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਮੈਂ ਮਤਲਬ ਸੈਟੀਸਫਾਈਡ ਆ ਮੈਨੂੰ ਇਹਨਾਂ ਦੀ ਪੂਰੀ ਸਮਝ ਆ ਰਹੀ ਹੈ ਈਵਨ ਉਹਨਾਂ ਨੇ ਮੈਨੂੰ ਇਹ ਵੀ ਗੱਲ ਕਹੀ ਜੋ ਮੈਂ ਤੁਹਾਡੇ ਨਾਲ ਗੱਲ ਕਰਦੀ ਵੀ ਤੁਹਾਨੂੰ ਤੇ ਸਾਰੀ ਸਮਝ ਆ ਰਹੀ ਆ ਦੈਨ ਫਿਰ ਤੁਸੀਂ ਇੰਟਰਪ੍ਰੇਟਰ ਕਿਉਂ ਕੀਤਾ
ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਮ ਇਹ ਤੁਹਾਡਾ ਮਤਲਬ ਸਾਡਾ ਜਿਹੜਾ ਇੰਟਰਵਿਊ ਸਾਡਾ ਗੋਲਡਨ ਚਾਂਸ ਆ ਹਨਾ ਤੇ ਮੈਂ ਮਤਲਬ ਇੰਟਰਵਿਊ ਇੰਨੇ ਸਾਲ ਬਾਅਦ ਆਈ ਹੈ ਸਾਡਾ ਗੋਲਡਨ ਚਾਂਸ ਆ ਮੈਨੂੰ ਮਤਲਬ ਮੈਨੂੰ ਘਬਰਾਹਟ ਵੀ ਹੈਗੀ ਉਸ ਚੀਜ਼ ਦੀ ਥੋੜ੍ਹੀ ਸਾਡੀ ਕਿਸ਼ਮ ਵੀ ਹੈਗੀ ਆ ਤੇ ਮੈਂ ਨਰਵਸ ਵੀ ਹੈਗਾ ਥੋੜ੍ਹਾ ਹਨਾ ਤੇ ਮੈਂ ਮਤਲਬ ਵੇਟ ਜਿਹੜਾ ਹਾਇਰ ਤਾਂ ਕੀਤਾ ਵੀ ਲਾਈਕ ਮੇਰੇ ਕੋਲ ਕਿਸੇ ਵੇਲੇ ਤੁਹਾਡੀ ਨਾ ਸਮਝ ਲੱਗੀ ਜਾਂ ਮੈਨੂੰ ਨਾ ਸਮਝਾਉਣਾ ਹੀ ਤਾਂ ਮੈਨੂੰ ਇੰਟਰਪ੍ਰੀਟਰ ਕੋਲ ਹੋਣਾ ਚਾਹੀਦਾ ਮਤਲਬ ਮਿਸਟਰ ਦੀਪਕ ਅਸੀਂ ਤੁਹਾਡੀ ਇੰਟਰਵਿਊ ਜਿਹੜੀ ਆ ਸ਼ੁਰੂ ਕਰਦੇ ਹਾਂ ਤੇ ਫਿਰ ਉਹਨਾਂ ਨੇ ਮਤਲਬ ਦੋ ਚਾਰ ਮੇਰੇ ਕੋਲ ਗੱਲਾਂ ਪੁੱਛਿਆ ਲਾਈਕ ਨੀਅਰ ਅਬਾਊਟ 20 to 25 minutes ਤੱਕ ਮੇਰੀ ਇੰਟਰਵਿਊ ਹੋਈ ਕਿਤੇ ਉਹਨਾਂ ਨੇ ਮੇਰੇ ਕੋਈ ਡਾਕੂਮੈਂਟ ਨਹੀਂ ਮੰਗਿਆ ਹਾਂਜੀ ਮਤਲਬ ਮੇਨ ਉਹਨਾਂ ਨੇ ਫੋਕਸ ਇੱਕੋ ਗੱਲ ਤੇ ਕੀਤਾ ਇੱਕ ਤੇ ਉਹਨਾਂ ਨੂੰ ਮੈਂ ਵਕੀਲ ਲਾਇਰ ਵਾਲੀ ਗੱਲ ਦੱਸੀ ਹਨਾ ਮੇਰੀ ਫਾਈਲ ਸਾਰੀ ਜਾਂ ਜੋ ਉਹਨਾਂ ਨੂੰ ਫੋਟੋਗ੍ਰਾਫ ਆਪਾਂ ਪਹਿਲਾਂ ਭੇਜੇ ਸੀ ਉਹ ਸਾਰੀ ਫਾਈਲ ਉੱਥੇ ਉਹਨਾਂ ਕੋਲ ਓਪਨ ਲਈ ਪਈ ਨੀ ਸੀਗੀ ਤੇ ਫਿਰ ਉਹਨਾਂ ਨੇ ਜਦੋਂ ਮਤਲਬ 20 to 25 minutes ਮੇਰੀ ਇੰਟਰਵਿਊ ਲਈ ਮੇਨ ਉਹਨਾਂ ਨੇ ਜਿਹੜਾ ਦੋ ਤਿੰਨ ਵਾਰੀ ਜਿਹੜੇ ਕੁਐਸਚਨ ਕੀਤੇ ਉਹ ਲਾਈਕ ਕਹਿ ਲਓ ਕਿ 2-3 ਮਿੰਟ ਬਾਅਦ ਉਹ ਕੁਐਸਚਨ ਰਿਪੀਟ ਜ਼ਰੂਰ ਕਰਦੇ ਸੀਗੇ ਕਿ ਇਹ ਲਾਈਕ ਉਹੀ ਆਂਸਰ ਦਿੰਦਾ ਜਾਂ ਆਪਣੇ ਮਤਲਬ ਇੱਥੇ ਮਤਲਬ ਇਹਦਾ ਆਂਸਰ ਚੇਂਜ ਹੁੰਦਾ ਜਾਂ ਕਿੱਦਾਂ ਇਹ ਸੀ ਫਿਰ ਮਤਲਬ ਸਾਰਾ ਆਪਣੇ ਕੰਪਿਊਟਰ 'ਤੇ ਟਾਈਪ ਕਰਕੇ ਨਾ ਫਿਰ ਮਤਲਬ ਇੱਦਾਂ ਮੇਰੇ ਵੱਲ ਸਟ੍ਰੇਟ ਫਾਰਵਰਡ ਬੈਠ ਗਏ ਅਤੇ ਮੈਨੂੰ ਕਹਿੰਦੇ ਮੈਨੂੰ ਇਹ ਚੀਜ਼ ਐਕਸਪਲੇਨ ਕਰ ਆਪਣੇ ਲੋਇਰ ਵਾਲੀ ਵੀ ਇੱਕ ਤਾਂ ਮਨੀਲਾ ਵਾਲੀ ਵੀ ਲਾਈਕ ਤੁਹਾਨੂੰ ਇਹ ਲੈਟਰ ਕਿਉਂ ਆਇਆ ਹੈ ਨਾ ਅਤੇ ਸੈਕਿੰਡਲੀ ਵੀ ਇਹ ਮੈਨੂੰ ਚੀਜ਼ ਮਤਲਬ ਐਕਸਪਲੇਨ ਕਰ ਵੀ ਮੇਰੀ ਵਾਈਫ ਦਾ ਵੀ ਸਰ ਉਹਨਾਂ ਨੂੰ ਸੇਮ ਹੀ ਆਨਸਰ ਸੀਗਾ ਵੀ ਸਾਡੇ ਇੱਕ ਤੇ ਲੋਇਰ ਵਾਲੀ ਗੱਲ
ਸੈਕੰਡਲੀ ਕਿ ਇਹਨਾਂ ਕੋਲ ਜਿਹੜਾ ਵੈਲਿਡ ਪਾਸਪੋਰਟ ਨਹੀਂ ਸੀ ਹੈਗਾ, ਵੈਲਿਡ ਪਾਸਪੋਰਟ ਆਇਆ 2018 ਚ, ਬਟ ਅਸੀਂ ਉਹਨਾਂ ਨੂੰ ਐਕਸਪਲੇਨ ਕਰ ਸਕਦੇ, ਬਟ ਉਹਨਾਂ ਨੇ ਦੇਖੋ ਇੱਕ ਵਾਰੀ ਵੀ ਦੁਹਰਾ ਕੇ ਇਹ ਨੀ ਪੁੱਛਿਆ ਵੀ ਤੁਹਾਡਾ ਵੈਲਿਡ ਪਾਸਪੋਰਟ ਤੁਹਾਡੇ ਕੋਲ ਕਿਉਂ ਨਹੀਂ ਹੈਗਾ, ਜਦਕਿ ਪਾਸਪੋਰਟ ਦੇ ਵਿਦਿਨ 1 month ਬਣ ਜਾਂਦਾ ਹਨਾ, ਕੁਛ ਨੀ ਕੁਸ਼ਚਨ ਪੁੱਟ ਕੀਤਾ। ਦੈਨ ਮੇਰੇ ਮੈਂ ਸਰ ਬਾਹਰ ਬੈਠਾ ਸੀਗਾ ਤੇ ਮੈਂ ਦੇਖਿਆ ਮੇਰੇ ਵਾਈਫ ਨਾ ਮਤਲਬ ਜਿੱਦਾਂ ਰੋ ਰਹੇ ਸੀਗੇ ਲਾਈਕ ਕਰਾਈ, ਮੈਂ ਫਿਰ ਇੰਟਰਪ੍ਰੇਟਰ ਨੇ ਮੈਨੂੰ ਆਵਾਜ਼ ਮਾਰੀ ਕਿ ਤੁਸੀਂ ਨਾ ਆ ਜਾਓ ਅੰਦਰ, ਸੋਰੀ ਸਰ। ਮੈਂ ਫਿਰ ਗਿਆ, ਮੈਂ ਆਪਣੇ ਵਾਈਫ ਨੂੰ ਪੁੱਛਿਆ, ਮੈਂ ਕਿਹਾ ਵਾਟ ਹੈਪਨ, ਵੀ ਕੀ ਹੋਇਆ ਤੁਹਾਨੂੰ ਰੋ ਰਹੇ ਹਨਾ, ਤੇ ਫਿਰ ਮੈਨੂੰ ਸਰ ਵੀਜ਼ਾ ਆਫਿਸਰ ਨੇ ਮਤਲਬ ਕਿਹਾ ਵੀ ਡੋਂਟ ਵੈਰੀ ਮਿਸਟਰ ਦੀਪਕ, ਵੀ ਇਹ ਨਾ ਮਤਲਬ ਖੁਸ਼ੀ ਦੇ ਆਂਸੂ ਆ। ਅੱਛਾ ਅੱਛਾ। ਤੇ ਫਿਰ ਉਹਨਾਂ ਨੇ ਆਪਣੇ ਵੱਲੋਂ ਮੈਂ ਆਪਣੀ ਟੀਮ ਵੈਸੇ ਇਹ ਕਰ ਸਕਦੀ ਹਾਂ ਕਿ ਹੁਣ ਤੁਹਾਡਾ ਡਿਲੇ ਨੀ ਹੋਏਗਾ ਤੇ ਮੇਰੇ ਵੱਲੋਂ ਤੁਹਾਨੂੰ ਪ੍ਰੀ ਅਪਰੂਵਲ ਆ, ਬਟ ਤੁਹਾਡਾ ਮੈਡੀਕਲ ਵੀ ਐਕਸਪਾਇਰ ਹੈ ਤੇ ਤੁਹਾਡੀ ਪੀਸੀਸੀ ਵੀ ਐਕਸਪਾਇਰ ਆ, ਠੀਕ ਆ, ਉਹ ਤੁਹਾਨੂੰ ਪ੍ਰੋਵਾਈਡ ਕਰਨੀ ਪਏਗੀ ਤੇ ਉਸ ਤੋਂ ਬਾਅਦ ਵੀ ਤੁਹਾਨੂੰ ਜਿਹੜੀ ਆ ਰਿਕੁਐਸਟ ਮਾਰਨੀ ਪਏਗੀ ਪਾਸਪੋਰਟ ਦੀ। ਉਹਨਾਂ ਨੇ ਮੈਨੂੰ ਕਹਿ ਦਿੱਤਾ, ਫਿਰ ਸਰ ਮੈਂ ਵੀ ਉਹਨਾਂ ਨੂੰ ਮਤਲਬ ਥੈਂਕਸ ਕਿਹਾ ਤੇ ਮੈਂ ਨਾਲ ਉਹਨਾਂ ਨੂੰ ਇਹ ਪੁੱਛ ਲਿਆ ਕਿ ਮੈਂ ਕਿਹਾ ਮੈਂ ਲਾਈਕ ਮੇਰੇ ਕੋਲ ਜਿਹੜੀ ਪੀਸੀਸੀ ਜਿਹੜੀ ਯੂਰਪ ਦੀ ਆ ਉਹ ਮੇਰੇ ਕੋਲ ਪਈ ਆ ਇੱਕ, ਤੇ ਉਹਦੀ ਵੀ ਤੁਹਾਨੂੰ ਮਤਲਬ ਦੁਬਾਰਾ ਲੋੜ ਪਏਗੀ, ਉਹ ਵੀ ਅਪਲਾਈ ਕਰਨੀ ਪਏਗੀ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੇਰੀ ਜਿਹੜੀ ਪੀਸੀਸੀ ਆ ਯੂਰਪ ਦੀ 2018 ਵੀ ਸਾਡੇ ਕੋਲ ਪਈ ਆ, ਤੇ 2018 ਤੋਂ ਬਾਅਦ ਤੇ ਵੀ ਤੂੰ ਯੂਰਪ ਚ ਗਿਆ? ਮੈਂ ਕਿਹਾ ਨਹੀਂ। ਤੇ ਦੈਨ ਫਿਰ ਕਿਤੇ ਟੋਕੇ ਵੀ ਸਿਰਫ ਤੁਹਾਡੀ ਇੰਡੀਆ ਦੀ ਪੀਸੀਸੀ ਚਾਹੀਦੀ ਹੈ ਤੇ ਇੱਕ ਮੈਡੀਕਲ ਚਾਹੀਦਾ ਤੇ ਇਹ ਤੂੰ ਪ੍ਰੋਵਾਈਡ ਕਰੋ। ਤੇ ਮਤਲਬ ਉਹਨਾਂ ਨੇ ਸਾਨੂੰ ਐਪਰੀਸ਼ੀਏਟ ਵੀ ਕੀਤਾ ਤੇ ਸਰ ਸੋਰੀ ਵੀ ਫੀਲ ਕੀਤਾ ਕਿ ਵੀ ਤੁਹਾਡੇ ਨਾਲ ਇੱਦਾਂ ਹੋਇਆ। ਬਾਕੀ ਮੈਂ ਸਰ ਇਹ ਵੀ ਚੀਜ਼ ਕਹੂੰਗਾ ਕਿ ਲਾਈਕ ਜਿਸ ਤਰ੍ਹਾਂ ਸਾਨੂੰ ਸੁਖਮਨ ਭਾਜੀ ਨੇ ਦੱਸਿਆ ਸੀ ਨਾ ਕਿ ਜਿਹੜੇ ਵੀਜ਼ਾ ਆਫੀਸਰ ਹੁੰਦੇ ਆ ਨਾ ਇਹ ਸਾਈਕੋਲੋਜਿਸਟ ਹੁੰਦੇ ਆ, ਲਾਈਕ ਇਹ ਮਤਲਬ ਨਾ ਦੇਖ ਕੇ ਇਹਨਾਂ ਨੂੰ ਅੰਦਾਜ਼ਾ ਹੋ ਜਾਂਦਾ ਕਿ ਇਹ ਜਿਹੜੀ ਮੈਰਿਜ ਹੈ ਫੇਕ ਹੈ ਜਾਂ ਰੀਅਲ ਮੈਰਿਜ ਹੈ ਜਾਂ ਕਿਸ ਤਰ੍ਹਾਂ, ਹਨਾ। ਤੇ ਮਤਲਬ ਸਾਡਾ ਜਿਹੜਾ ਸਰ ਬੜਾ ਵਧੀਆ ਰਿਹਾ ਜੀ। ਵੈਸੇ ਹੈ ਤੇ ਉਹਨਾਂ ਦਾ ਰੋਜ਼ ਦਾ ਕੰਮ ਹੈ ਉਹ, ਤੇ ਜਿਵੇਂ ਤੁਸੀਂ ਕਿਹਾ ਕਿ ਅਟੈਚੀ ਲੱਗੇ ਗਏ, ਤੁਹਾਡੀ ਜਿਹੜੀ ਕੋਈ ਡਾਕੂਮੈਂਟੇਸ਼ਨ ਉਹਨਾਂ ਨੇ ਚੈੱਕ ਨਹੀਂ ਕੀਤੀ, ਉਹ ਫਿਰ ਅੱਖਾਂ ਤੋਂ ਦੇਖ ਕੇ ਤੁਹਾਡੇ ਐਕਸਪ੍ਰੈਸ਼ਨ ਤੋਂ ਪਤਾ ਲੱਗ ਜਾਂਦਾ ਕਿ ਇਹਦੇ ਕੋਲ ਵਾਕਈ ਸਮਾਨ ਹੈ ਕਿ ਨਹੀਂ ਹੈ। ਜਿਹਦੇ ਕੋਲ ਸਮਾਨ ਹੈ ਹੀ ਨਹੀਂ ਹੈ ਤੇ ਉਹ ਸ਼ਕਲ ਤੋਂ ਉਦਾਂ ਹੀ ਕੌਨਫੀਡੈਂਸ ਨਜ਼ਰ ਆ ਹੀ ਨਹੀਂ ਸਕਦਾ। ਸਰ ਬੜੀਆਂ ਗੱਲਾਂ ਜਿਹੜੀਆਂ ਕਹਿ ਲਓ ਕਿ ਜਿਹੜੇ ਬੰਦੇ ਨੇ ਫਸਟ ਟਾਈਮ ਇੰਟਰਵਿਊ ਤੇ ਜਾਣਾ ਨਹੀਂ ਪਤਾ, ਹਨਾ, ਸੁਖਮਨ ਭਾਜੀ ਨੇ ਸਾਡੀ ਬੜੀ ਵਧੀਆ ਤਿਆਰੀ ਕਰਵਾਈ, ਫਿਰ ਲਾਸਟ 2 days ਤੁਸੀਂ ਵੀ ਮਤਲਬ ਇੰਟਰਵਿਊ ਲਈ, ਹਨਾ, ਮਤਲਬ ਇਹਦੀਆਂ ਗੱਲਾਂ ਦਾ ਆਮ ਇਨਸਾਨ ਨੂੰ ਨਹੀਂ ਪਤਾ ਹੁੰਦਾ। ਤੁਸੀਂ ਦੱਸਿਆ ਕਿ ਤੁਸੀਂ ਜਿਹੜਾ ਵੀ ਆਨਸਰ ਦੇਣਾ ਇੰਟਰਪ੍ਰੇਟਰ ਵੱਲ ਦੇਖ ਕੇ ਨਹੀਂ ਗੱਲ ਕਰਨੀ, ਵੀਜ਼ਾ ਆਫੀਸਰ ਦੀ ਅੱਖਾਂ ਚੱਪਾ ਪਾ ਕੇ ਗੱਲ ਕਰਨੀ ਹੈ, ਹਨਾ। ਮਤਲਬ ਕੁਝ ਇਹ ਛੋਟੀਆਂ ਛੋਟੀਆਂ ਗੱਲਾਂ ਦਾ ਸਹੀ ਗੱਲ ਹੈ ਵੀ ਬੰਦੇ ਨੂੰ ਧਿਆਨ ਦੇਣਾ ਚਾਹੀਦਾ, ਹਨਾ।